तो अज तुहानू पंजाबी इंडस्ट्री के योधे कुलजिंदर सिद्धू नाल मिलवाउने आ ते उन्हां नाल लॉकडाउन बारे भी गलबात करांगे ते होर पंजाबी इंडस्ट्री नाल जुड़ियां गल्लां भी करांगे। कुलजिंदर थोड़ा बहुत बहुत स्वागत है टीवी एनआरआई ते। थैंक यू बिनू, थैंक यू वेरी मच जी, सत श्री अकाल सारयां नू। लॉकडाउन बारे पुछना चाहूंगा, थोड़ा लॉकडाउन किदां चल रहा, तुसीं की कुछ कर रहे हो लॉकडाउन विच? लॉकडाउन वधिया चल रहा है जी, क्योंकि मजबूरी है, हुण मजबूरी दे विच बंद है सारे आपां अपने अपने घरां दे विच। ਤੇ ਉਹਨੂੰ ਇੱਕ ਤਾਂ ਹੈ ਕਿ ਰੋਂਦੇ ਰੋਂਦੇ ਸਮਾਂ ਕੱਟ ਲਓ, ਇੱਕ ਹੈ ਹੱਸ ਕੇ ਕੱਟ ਲਓ। ਸੋ ਮੈਂ ਪੋਜ਼ਿਟਿਵ ਐਟੀਟਿਊਡ ਵਾਲਾ ਬੰਦਾ ਹਾਂ, ਸੋ ਮੈਂ ਜਿਹੜਾ ਵੀ ਸਮਾਂ ਬੜਾ ਸੋਹਣਾ ਵਧੀਆ ਢੰਗ ਦੇ ਨਾਲ ਹੱਸਦੇ ਹੱਸਦੇ ਕੱਟ ਰਿਹਾ। ਹੈਗੀ ਮੁਸ਼ਕਲ ਦੀ ਘੜੀ ਆ, ਪਰ ਮੁਸ਼ਕਲ ਨੂੰ ਵੀ ਕਹਿੰਦੇ ਹੱਸਦੇ ਹੱਸਦੇ, ਜੇ ਮੁਸ਼ਕਲ ਵਾਲਾ ਸਮਾਂ ਵੀ ਲੰਘਾ ਲਈਏ ਤਾਂ ਉਹਦੇ ਵਰਗੀ ਰੀਸ ਨਹੀਂ। ਬਸ ਕੁਛ ਪੜ੍ਹ ਲਿਆ, ਕੁਛ ਐਕਸਰਸਾਈਜ਼ ਕਰ ਲਈ, ਕੁਛ ਟੀਵੀ ਦੇਖ ਲਿਆ ਤੇ ਮੈਡੀਟੇਸ਼ਨ ਕਰ ਲਈ, ਵੇਰੀਅਸ ਕਾਇੰਡ ਆਫ ਐਕਟੀਵਿਟੀਜ਼ ਨੇ ਜਿਹਦੇ ਵਿੱਚ ਮੈਂ ਆਪਣੇ ਦਿਨ ਨੂੰ ਵੰਡਿਆ ਹੋਇਆ। ਸੋ ਸਟੈਪ ਬਾਏ ਸਟੈਪ ਚੱਲਦੇ ਰਹੀਦਾ ਪੂਰੇ ਦਿਨ ਦੇ ਵਿੱਚ, ਹਰ ਇੱਕ ਚੀਜ਼ ਫਿਕਸ ਹੈ, ਇਹ ਨਹੀਂ ਕਿ ਬਸ ਪਏ ਆ ਤੇ ਬਸ ਪਏ ਆ, ਇਹ ਨਹੀਂ। ਹਾਂਜੀ, ਕੁਝ ਨਵਾਂ ਕੀਤਾ ਹੋਵੇ ਤੁਸੀਂ ਲੋਕਡਾਊਨ ਵਿੱਚ, ਕੋਈ ਨਵੀਂ ਐਕਟੀਵਿਟੀ ਕੀਤੀ ਹੋਵੇ ਜਿਹੜੀ ਪਹਿਲਾਂ ਨਾ ਕੀਤੀ ਹੋਵੇ ਲੋਕਡਾਊਨ ਤੋਂ ਪਹਿਲਾਂ? ਲੋਕਡਾਊਨ ਦੇ ਵਿੱਚ ਕਾਫੀ ਚੀਜ਼ਾਂ ਨਵੀਆਂ ਹੋਈਆਂ ਨੇ। ਫਿਟਨੈਸ ਦੇ ਵਿੱਚ ਮੈਂ ਸਿਰਫ ਜਿਮਿੰਗ ਕਰਦਾ ਸੀਗਾ, ਤੇ ਜਿਮ ਕਿਉਂਕਿ ਹੁਣ ਬੰਦ ਨੇ, ਸੋ ਜਿਮਿੰਗ ਤੋਂ ਬਾਅਦ ਹੁਣ ਘਰ ਦੇ ਵਿੱਚ ਰਹਿ ਕੇ ਸਭ ਤੋਂ ਵਧੀਆ ਤਰੀਕਾ ਹੈ ਤੁਸੀਂ ਸਟ੍ਰੈਚਿੰਗ ਦੀ ਐਕਸਰਸਾਈਜ਼, ਯੋਗਾ ਦੇ ਪੋਜ਼ਿਸ ਕਰੋ। ਸੋ ਮੈਂ ਯੋਗਾ ਵੱਲ ਨੂੰ ਪਹਿਲੀ ਵਾਰ ਲਾਈਫ ਦੇ ਵਿੱਚ ਮੈਨੂੰ ਯੋਗਾ ਨੂੰ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਿਆ। ਸੋ ਕਾਫੀ ਨਵੇਂ ਨਵੇਂ ਮੈਂ ਯੋਗਾ ਦੇ ਪੋਜ਼ਿਸ ਸਿੱਖੇ, ਟਰਾਈ ਕੀਤੇ, ਐਕਸਪੀਰੀਅੰਸ ਕੀਤਾ, ਐਂਡ ਮੈਨੂੰ ਵਧੀਆ ਅੱਛਾ ਲੱਗਾ, ਐਂਡ ਆਈ ਐਮ ਇੰਜੋਇੰਗ। ਸੋ ਹੋਰ ਵੀ ਇੱਕ ਮੈਡੀਟੇਸ਼ਨ ਹੈ ਜਿਹੜੀ ਮੈਂ ਬਹੁਤ ਘੱਟ ਕਰਦਾ ਸੀਗਾ ਪਹਿਲਾਂ, ਬਹੁਤ ਰੇਅਰ ਕਦੀ ਕਰੀਦੀ ਸੀਗੀ, ਬਟ ਹੁਣ ਲੋਕਡਾਊਨ ਦੇ ਵਿੱਚ ਉਹ ਮੇਰੀ ਪਾਰਟ ਆਫ ਡੇਲੀ ਰੂਟੀਨ ਹੈ, ਸਵੇਰੇ ਵੀ ਤੇ ਸ਼ਾਮ ਵੀ। ਸੋ ਬਾਕੀ ਸਵੇਰੇ ਸਵੇਰੇ ਜਦੋਂ ਮੈਂ ਉੱਠਦਾ ਸਭ ਤੋਂ ਪਹਿਲਾਂ ਕੀਰਤਨ ਸੁਣ ਲਈਦਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ। ਸੋ ਸੋਹਣਾ ਦਿਨ ਬੀਤ ਰਹੇ ਨੇ। ਓਕੇ, ਸੋ ਜੇ ਗੱਲ ਤੁਹਾਡੇ ਪੰਜਾਬੀ ਇੰਡਸਟਰੀ ਦੇ ਸਫ਼ਰ ਦੀ ਕੀਤੀ ਜਾਵੇ, ਜਦੋਂ ਤੁਸੀਂ ਫਿਲਮਾਂ ਕੀਤੀਆਂ ਨੇ ਯੋਧਾ, ਹੋਰ ਫਿਲਮਾਂ ਕੀਤੀਆਂ ਨੇ ਮਿੱਟੀ ਵਿਰਾਸਤ ਬੱਬਰਾਂ ਦੀ, ਤੁਸੀਂ ਡੈਬਿਊ ਕੀਤਾ ਸੀਗਾ ਸਾਡਾ ਹੱਕ ਤੋਂ, ਓਵਰਆਲ ਐਕਸਪੀਰੀਅੰਸ ਕੁਲਜਿੰਦਰ ਕਿੱਦਾਂ ਰਿਹਾ ਪੰਜਾਬੀ ਇੰਡਸਟਰੀ ਵਿੱਚ? ਹੋਰ ਫਿਲਮਾਂ ਕੀਤੀਆਂ ਡਾਕੂ ਦਾ ਮੁੰਡਾ, ਸ਼ਰੀਕ ਕੀਤੀ, ਬੈਕ ਟੂ ਬੈਕ ਫਿਲਮਾਂ ਕੀਤੀਆਂ ਤੁਸੀਂ? ਹਾਂਜੀ ਹਾਂਜੀ ਹਾਂਜੀ, ਓਵਰਆਲ ਐਕਸਪੀਰੀਅੰਸ ਵਧੀਆ ਰਿਹਾ। ਮੈਂ ਇੰਡਸਟਰੀ ਦੇ ਵਿੱਚ ਕੋਈ ਪਲਾਨਿੰਗ ਕਰਕੇ ਨਹੀਂ ਸੀ ਆਇਆ ਕਿ ਮੈਂ ਇੰਡਸਟਰੀ 'ਚ ਆ ਕੇ ਕੁਛ ਐਕਟਰ ਬਣਨਾ, ਮੈਂ ਸਿਰਫ ਇੱਕ ਕਹਾਣੀ ਕਹਿਣ ਦੇ ਲਈ ਇਸ ਇੰਡਸਟਰੀ 'ਚ ਐਂਟਰ ਕੀਤਾ ਸੀ। ਸਾਡਾ ਹੱਕ ਦੀ ਜਿਹੜੀ ਕਹਾਣੀ ਸੀਗੀ ਉਹ ਮੈਂ ਬਹੁਤ ਦੇਰ ਤੋਂ ਲਿਖੀ ਬੈਠਾ ਸੀ, ਮੈਨੂੰ ਸੀ ਇਹ ਕਹਾਣੀ ਕਹਿਣੀ ਚਾਹੀਦੀ ਆ, ਦੱਸਣੀ ਚਾਹੀਦੀ ਆ। ਸੋ ਮੈਨੂੰ ਕਿਤੇ ਨਾ ਕਿਤੇ ਇਹ ਵੀ ਫੀਲ ਹੋ ਰਿਹਾ ਸੀ ਕਿ ਕਹਾਣੀ ਦਾ ਜਿਹੜਾ ਮੇਨ ਕਿਰਦਾਰ ਹੈ ਉਹਨੂੰ ਮੈਂ ਨਿਭਾ ਵੀ ਸਕਦਾ, ਹਾਲਾਂਕਿ ਮੈਂ ਐਕਟਿੰਗ ਲਾਈਫ ਦੇ ਵਿੱਚ ਕਿਤੇ ਨਹੀਂ ਸੀ ਕੀਤੀ, ਨਾ ਥੀਏਟਰ ਕੀਤਾ ਸੀ, ਨਾ ਕਦੇ ਹੋਰ ਛੋਟਾ ਮੋਟਾ ਵੀ ਐਕਸਪੀਰੀਅੰਸ ਨਹੀਂ ਸੀ ਮੇਰਾ ਐਕਟਿੰਗ ਦਾ। ਅਤੇ ਸਿੱਧਾ ਹੀ ਆਪਣੇ ਆਪ ਨੂੰ ਤੁਸੀਂ ਮੇਨ ਸੈਂਟਰ ਕਰੈਕਟਰ ਦੇ ਵਿੱਚ ਲਾਂਚ ਕਰ ਦੇਣਾ, ਦੈਟ ਵਾਜ਼ ਬਿਗ ਰਿਸਪੋਂਸੀਬਿਲਟੀ, ਕਿਉਂਕਿ ਉਸ ਫਿਲਮ 'ਚ ਸਿਰਫ ਮੇਰਾ ਹੀ ਪੈਸਾ ਨਹੀਂ ਸੀ ਲੱਗਾ, ਚਾਰ ਹੋਰ ਮੇਰੇ ਜਿਹੜੇ ਟੋਟਲ ਅਸੀਂ ਚਾਰ ਲੋਕ ਸੀ ਜਿਨ੍ਹਾਂ ਨੇ ਪੈਸਾ ਲਾਇਆ ਸੀ। ਸੋ ਪ੍ਰੋਪਰ ਮੈਂ ਟ੍ਰੇਨਿੰਗ ਲੈ ਕੇ, ਸ਼ੈਮੁਅਲ ਜੌਨ ਸੀਗੇ ਮੇਰੇ ਉਦੋਂ ਟੀਚਰ ਜਿਨ੍ਹਾਂ ਨੇ ਐਕਟਿੰਗ ਦੀਆਂ ਮੇਰੀਆਂ ਕਲਾਸਾਂ ਲਈਆਂ, ਸੋ ਪ੍ਰੋਪਰ ਟ੍ਰੇਨਿੰਗ ਲੈ ਕੇ ਇੱਕ ਸਾਲ ਦਾ ਸਮਾਂ ਲਾ ਕੇ ਉਹ ਫਿਲਮ ਬਣਾਈ ਸੀ, ਅਤੇ ਉਹ ਬਹੁਤ ਵਧੀਆ ਚੱਲੀ। ਸੋ ਉਸ ਤੋਂ ਬਾਅਦ ਫਿਰ ਜਰਨੀ ਜਿਹੜੀ ਆ ਆਪਣੇ ਆਪ ਹੀ ਸ਼ੁਰੂ ਹੋ ਗਈ, ਡਿਫਰੈਂਟ ਪ੍ਰੋਡਿਊਸਰਸ ਦੀਆਂ, ਡਾਇਰੈਕਟਰਸ ਦੀਆਂ ਆਫਰਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਜਿਹੜੀ ਜਿਹੜੀ ਮੈਨੂੰ ਆਫਰ ਠੀਕ ਲੱਗਦੀ ਰਹੀ, ਸੋ ਮੈਂ ਕਰੀ ਜਾ ਰਿਹਾ। ਜਿੰਦਰ ਪੰਜਾਬੀ ਇੰਡਸਟਰੀ ਵਿੱਚ ਆਉਣ ਵਾਸਤੇ, ਚਾਹੇ ਪੰਜਾਬੀ ਇੰਡਸਟਰੀ ਹੋਵੇ ਜਾਂ ਬਾਲੀਵੁੱਡ ਹੋਵੇ ਜਾਂ ਟੀਵੀ ਹੋਵੇ, ਜੀ ਫਿਲਮੀ ਬੈਕਗ੍ਰਾਉਂਡ ਦਾ ਹੋਣਾ ਜ਼ਰੂਰੀ ਹੈ? ਨਹੀਂ, ਕੋਈ ਬੈਕਗ੍ਰਾਉਂਡ ਦਾ ਹੋਣਾ ਜ਼ਰੂਰੀ ਨਹੀਂ ਮੇਰੇ ਖਿਆਲ ਨਾਲ, ਕਿਸੇ ਵੀ ਫੀਲਡ ਦੇ ਵਿੱਚੋਂ ਕਿਸੇ ਵੀ ਲਾਈਨ ਦੇ ਵਿੱਚੋਂ ਬੰਦਾ ਆ ਸਕਦਾ, ਕਿਉਂਕਿ ਇਸ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਜਿਵੇਂ ਮੈਂ ਦੱਸਿਆ, ਮੈਂ ਤਾਂ ਆਪਣੀ ਐਡਵਰਟਾਈਜ਼ਿੰਗ ਫੀਲਡ ਦੇ ਵਿੱਚ ਸੀ, ਸਟਾਰਟ ਮੈਂ ਕੀਤਾ ਸੀ ਆਪਣਾ ਕੈਰੀਅਰ ਐਜ਼ ਏ ਜਰਨਲਿਸਟ, ਫਿਰ ਉਸ ਤੋਂ ਬਾਅਦ ਮੈਂ ਐਂਕਰਿੰਗ ਕੀਤੀ ਦੂਰਦਰਸ਼ਨ ਦੇ ਲਈ, ਜਲੰਧਰ ਦੇ ਦੂਰਦਰਸ਼ਨ ਦੇ ਲਈ, ਫਿਰ ਉਸ ਤੋਂ ਬਾਅਦ ਮੈਂ ਬਿਜ਼ਨਸ ਵੀ ਕੀਤਾ ਜਿਹੜਾ ਹੁਣ ਵੀ ਚੱਲ ਰਿਹਾ। ਸੋ ਇਹ ਸਾਰਾ ਕੁਛ ਕਰਦੇ ਕਰਦੇ ਜਰਨੀ ਦੇ ਵਿੱਚ ਹੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਇੱਕ ਫੁਰਨਾ ਆਇਆ ਕਿ ਆਹ ਕਹਾਣੀ ਕਹਿਣੀ ਚਾਹੀਦੀ ਆ, ਸੋ ਕਹਾਣੀ ਤੋਂ ਹੀ ਮੈਂ ਐਕਸੀਡੈਂਟਲ ਐਕਟਰ ਬਣ ਗਿਆ। ਅਤੇ ਮੈਨੂੰ ਲੱਗਦਾ ਕੋਈ ਵੀ ਬੰਦਾ ਐਕਟਰ ਬਣ ਸਕਦਾ, ਸਿਰਫ ਤੁਹਾਡੇ ਅੰਦਰ ਜੇ ਜਨੂਨ ਹੈ, ਤੁਹਾਡੇ ਅੰਦਰ ਇੱਕ ਪੈਸ਼ਨ ਹੈ ਸਿਨੇਮਾ ਪ੍ਰਤੀ, ਅਤੇ ਰਿਸਕ ਲੈਣ ਦੀ ਕੈਪੇਬਿਲਿਟੀ ਹੈ, ਕਪੈਸਿਟੀ ਹੈ, ਅਤੇ ਤੁਸੀਂ ਜ਼ਰੂਰ ਚਾਂਸ ਲਓ। ਕਿਉਂਕਿ ਸਾਡਾ ਹੱਕ ਇੱਕ ਚਾਂਸ ਸੀਗਾ, ਇੱਕ ਐਸਾ ਸਬਜੈਕਟ ਸੀ ਜਿਹਦੇ ਉੱਤੇ ਸਾਨੂੰ ਪਹਿਲੇ ਦਿਨ ਤੋਂ ਹੀ ਪਤਾ ਸੀਗਾ ਕਿ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ, ਹੋ ਸਕਦਾ ਫਿਲਮ ਨਾ ਰਿਲੀਜ਼ ਹੋਵੇ, ਹੋ ਸਕਦਾ ਜਿੰਨੇ ਪੈਸੇ ਲੱਗੇ ਸਾਰੇ ਸਾਰੇ ਡੁੱਬ ਜਾਣ, ਪਰ ਫਿਰ ਵੀ ਉਦੋਂ ਅਸੀਂ ਚਾਂਸ ਲਿਆ ਤੇ ਉਹ ਚਾਂਸ ਨੇ ਪੇ ਆਫ ਕੀਤਾ ਤੇ ਅੱਜ ਇੰਡਸਟਰੀ ਦੇ ਵਿੱਚ ਟਿਕੇ ਹੋਏ ਆ। ਜਦੋਂ ਕਿਸੇ ਕੰਟਰੋਵਰਸੀ ਟੌਪਿਕ ਤੇ ਫਿਲਮ ਬਣਾਈ ਜਾਂਦੀ ਹੈ ਪੰਜਾਬੀ ਇੰਡਸਟਰੀ 'ਚ ਜਾਂ ਬਾਲੀਵੁੱਡ 'ਚ, ਉਹ ਇੱਕਦਮ ਫਿਰ ਕੰਟਰੋਵਰਸੀ 'ਚ ਆ ਜਾਂਦੀ ਤੇ ਫਿਰ ਉਸ ਉਸ 'ਤੇ ਨੌਬਤ ਆ ਜਾਂਦੀ ਹੈ
या बैन दी नौबत आ जाती है या फिर उसकी रिलीज डेट अगे कर दी जाती है, ये किन्ना कुछ सही है क्योंकि उस पूरा टीम वर्क होंगे एक्टर्स के नाल, टीम टीम की भी मेहनत होंगी है। हाँ बिल्कुल, देखो फिल्मा बैन होंदिया ने, बहुत सारिया फिल्मा साडा हक तो पहला भी बैन हुई, साडा हक तो बाद च भी बैन हुई, हुणे रीसेंट एग्जाम्पल जिहड़ी शूटर फिल्म बैन हुई है, साडा हक तो बाद इमीडिएटली फिल्मा जिहड़िया बनिया सीगा कौम दे हीरे फिल्म बैन हो गई, होर कई फिल्मा बैन हुई, जिद्दां सुखा ते फिल्म बनी सी वह बैन हो गई। सो फिल्मा नूं बैन करना क्योंकि लीगली सरकार दे कोल राइट हुंदे आ, ते तुहानूं भी एज ए प्रोड्यूसर एज ए एक्टर एंड राइटर तुहानूं भी अपने हक पता होंदे। साडा हक नूं असीं जदों बनाया सी सानूं पता सी फिल्म बैन हो सकदी है, असीं उहदी पहलां ही लीगल एडवाइस लै के उहनूं उस हिसाब नाल बनाया सीगा कि लीगल एंगल तों इह फिल्म रुकणी नहीं चाहीदी, ते उही गल होई कि असीं सुप्रीम कोर्ट तक चाहे सानूं खज्जल खुआरी करनी पई, पर उह फिल्म जाके सुप्रीम कोर्ट दे विचों केस जित्ती ते फिल्म रिलीज़ हुई। सो मैनू लगता है कि तुहानूं स्क्रिप्ट लैवल दे उत्ते ही अपनी रिसर्च पूरी कर लेनी चाहीदी है, हर लिहाज तों, हर एंगल तों, लीगल एंगल तों, ऑडियंस दे एंगल तों, हर तरीके दे नाल देख लेना चाहीदा कि मैं जिहड़ा कम करन जा रहा वो लीगली ठीक है, ऑडियंस दे पॉइंट ऑफ व्यू तो ठीक है, ते फिर उस तों बाद बंदे नूं छाल मार देनी चाहीदी है। ਇਹਦਾ ਮਤਲਬ ਇਹ ਹੈ ਵੀ ਰਿਐਲਿਟੀ ਦਿਖਾਉਣਾ ਇੱਕ ਪਾਪ ਹੈ, ਰਿਐਲਿਟੀ ਦਿਖਾਉਣੀ ਨਹੀਂ ਚਾਹੀਦੀ। ਇਹਦਾ ਇਹਦਾ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਬੈਨ ਸ਼ਬਦ ਜੁੜਿਆ ਇੰਡਸਟਰੀ ਨਾਲ, ਕਿ ਮਤਲਬ ਡਾਇਰੈਕਟਰਸ ਨੇ, ਹੋਰ ਬਾਲੀਵੁੱਡ ਡਾਇਰੈਕਟਰ ਹੈ ਮਧੁਰ ਭੰਡਾਰਕਰ ਹੈ, ਉਹ ਵੀ ਰਿਐਲਿਟੀ ਨੂੰ ਹਾਈਲਾਈਟ ਕਰਦੇ ਹੈ, ਜਿੱਦਾਂ ਫੈਸ਼ਨ ਹੋ ਗਈ ਜਾਂ ਉਹਨਾਂ ਦੀ ਹੋਰ ਫਿਲਮਾਂ ਲਗਾ ਲਓ, ਪੰਜਾਬੀ ਇੰਡਸਟਰੀ 'ਚ ਸੱਚਾਈ ਮਤਲਬ ਦਿਖਾਉਣੀ ਨਹੀਂ ਚਾਹੀਦੀ ਤੁਹਾਡੇ ਮੁਤਾਬਿਕ, ਕਿ ਇਹ ਨਹੀਂ ਨਹੀਂ ਸਹੀ ਬਿਲਕੁਲ ਨਹੀਂ? ਦਿਖਾਉਣੀ ਚਾਹੀਦੀ ਹੈ, ਮੈਂ ਤਾਂ ਕਹਿੰਦਾ ਕੋਈ ਪਾਪ ਨਹੀਂ, ਇੰਡਸਟਰੀ ਦੇ ਵਿੱਚ ਅਸੀਂ ਸੱਚਾਈ ਦਿਖਾਈ ਹੈ, ਤੇ ਉਹ ਠੀਕ ਹੈ ਉਸ ਟਾਈਮ ਦੇ ਉੱਤੇ ਸਰਕਾਰਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਸੁਪਰੀਮ ਕੋਰਟ 'ਚੋਂ ਕੇਸ ਜਿੱਤੇ, ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਦੇ ਰਾਹ ਖੁੱਲ੍ਹੇ, ਪੰਜਾਬ 84 ਵੀ ਉਸ ਤੋਂ ਬਾਅਦ ਬਣੀਆਂ, ਹੋਰ ਬਹੁਤ ਸਾਰੀਆਂ ਫਿਲਮਾਂ ਬਣੀਆਂ, ਪਰ ਜਿਨ੍ਹਾਂ ਨੇ ਥੋੜ੍ਹਾ ਜਿਹਾ ਉਹਨੂੰ ਟੈਕਨੀਕਲੀ ਦੇਖ ਕੇ ਲੀਗਲ ਐਂਗਲ ਨੂੰ ਵਿਚਾਰ ਕੇ ਬਣਾਇਆ ਫਿਲਮਾਂ ਨੂੰ, ਤੇ ਉਹਨਾਂ ਦੀਆਂ ਫਿਲਮਾਂ ਰਿਲੀਜ਼ ਵੀ ਹੋਈਆਂ, ਹਿੱਟ ਵੀ ਹੋਈਆਂ, ਤੇ ਜਿਨ੍ਹਾਂ ਨੇ ਬਸ ਲੱਗਾ ਕਿ ਕੁਛ ਵੀ ਆਪਾਂ ਦਿਖਾ ਸਕਦੇ ਹਾਂ ਸਿਨੇਮੇ ਦੇ ਵਿੱਚ, ਤੇ ਉਹ ਫਿਲਮਾਂ ਬੈਨ ਵੀ ਹੋਈਆਂ। ਸੋ ਥੋੜ੍ਹਾ ਜਿਹਾ ਕੇਅਰਫੁਲ ਚੱਲਣਾ ਪੈਂਦਾ, ਪਰ ਤੁਸੀਂ ਰਿਐਲਿਟੀ ਦਿਖਾ ਸਕਦੇ ਹੋ ਮੇਰੇ ਖਿਆਲ ਦੇ ਨਾਲ, ਤੇ ਦਿਖਾਉਣੀ ਚਾਹੀਦੀ ਆ, ਤੇ ਤੁਸੀਂ ਦਿਖਾ ਵੀ ਸਕਦੇ ਹੋ ਐਜ਼ ਏ ਐਕਟਰ ਐਂਡ ਪ੍ਰੋਡਿਊਸਰ। ਤੁਸੀਂ ਐਜ਼ ਅ ਰਾਈਟਰ ਤੇ ਐਜ਼ ਅ ਪ੍ਰੋਡਿਊਸਰ ਦੀ ਐਕਸਪੀਰੀਅੰਸ ਨੂੰ ਕਿੰਨਾ ਇੰਜੋਏ ਕੀਤਾ, ਜਿਹਦਾ ਤੁਸੀਂ ਐਜ਼ ਅ ਰਾਈਟਰ ਤੇ ਪ੍ਰੋਡਿਊਸਰ, ਮਿੰਨੀ ਪੰਜਾਬ ਹੋ ਗਈ, ਸਾਡਾ ਹੱਕ ਹੋ ਗਈ, ਉਹ ਐਕਸਪੀਰੀਅੰਸ ਕਿੰਨਾ ਸਪੈਸ਼ਲ ਰਿਹਾ ਤੁਹਾਡੇ ਅਕੋਰਡਿੰਗ ਤੁਹਾਡੇ ਲਈ? ਹਾਂ ਮੈਂ ਦੇਖੋ ਪਹਿਲੀ ਫਿਲਮ ਵੀ ਜਿਹੜੀ ਮਿੰਨੀ ਪੰਜਾਬ ਬਣਾਈ ਸੀ ਐਜ਼ ਅ ਪ੍ਰੋਡਿਊਸਰ, ਉਹ ਬਣਾਉਣੀ ਪੈ ਗਈ ਕਿਉਂਕਿ ਬਣਾ ਉਦੋਂ ਅਸੀਂ ਇਹੀ ਰਹੇ ਸੀਗੇ, ਸਾਡਾ ਹੱਕ ਦੇ ਉੱਪਰ ਹੀ ਕੰਮ ਚੱਲ ਰਿਹਾ ਸੀ ਉਸ ਵੇਲੇ, ਪਰ ਸਾਡਾ ਹੱਕ ਕਿਉਂਕਿ ਪਤਾ ਸੀਗਾ ਕੰਟਰੋਵਰਸ਼ੀਅਲ ਸਬਜੈਕਟ ਹੈ, ਤੇ ਮਿੰਨੀ ਪੰਜਾਬ ਦੀ ਪ੍ਰਪੋਜ਼ਲ ਆਈ ਸਾਡੇ ਕੋਲ ਕਿ ਡਾਇਰੈਕਟਰ ਹੀ ਲੈ ਕੇ ਆਇਆ, ਰਿੰਪੀ ਪ੍ਰਿੰਸ ਦੋਨੋਂ ਬ੍ਰਦਰ ਸੀਗੇ, ਤੇ ਉਹਨਾਂ ਨੇ ਲਿਆਂਦੀ ਕਿ ਤੁਸੀਂ ਫਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹੋ, ਸਾਨੂੰ ਪਤਾ ਜਿਹੜਾ ਸਬਜੈਕਟ ਦੇ ਉੱਤੇ ਤੁਸੀਂ ਸੋਚ ਰਹੇ ਹੋ ਉਹ ਸਬਜੈਕਟ ਦੇ ਉੱਤੇ ਪੰਗੇ 'ਚ ਫਸੋਗੇ, ਤੁਸੀਂ ਬਿਜ਼ਨਸਮੈਨ ਬੰਦੇ ਹੋ ਤੇ ਲੋੜ ਨਹੀਂ ਆ ਤੁਹਾਨੂੰ ਇਹੋ ਜਿਹਾ ਪੰਗਾ ਲੈਣ ਦੀ, ਤੁਸੀਂ ਜੇ ਫਿਲਮ ਵੀ ਬਣਾਉਣ ਬਾਰੇ ਸੋਚਿਆ ਹੋਇਆ ਤੇ ਅਸੀਂ ਤੁਹਾਨੂੰ ਇੱਕ ਕਹਾਣੀ ਦਿੰਦੇ ਹਾਂ, ਗੁਰਦਾਸ ਮਾਨ ਸਾਹਿਬ ਨੂੰ ਲੈ ਕੇ ਆਪਾਂ ਮਿੰਨੀ ਪੰਜਾਬ ਫਿਲਮ ਬਣਾਉਂਦੇ ਹਾਂ। ਤਾਂ ਮੈਂ ਤਾਂ ਉਦੋਂ ਵੀ ਚਾਹੁੰਦਾ ਸੀਗਾ ਕਿ ਨਹੀਂ ਸਾਡਾ ਹੱਕ ਹੀ ਬਣਾਉਣੀ ਚਾਹੀਦੀ ਆ, ਚਾਂਸ ਲੈਣਾ ਚਾਹੀਦਾ, ਪਰ ਸਮ ਹਾਓ ਮੇਰੀ ਟੀਮ ਮੇਰੇ ਪਾਰਟਨਰ ਸਾਰਿਆਂ ਨੂੰ ਲੱਗਾ ਕਿ ਨਹੀਂ ਆਪਾਂ ਸੇਫ ਖੇਡੀਏ, ਪਹਿਲਾ ਹੀ ਪ੍ਰੋਜੈਕਟ ਹੈ ਤੇ ਆਪਾਂ ਪਹਿਲੇ ਪ੍ਰੋਜੈਕਟ 'ਚ ਹੀ ਕੰਟਰੋਵਰਸੀ 'ਚ ਫਸਾਂਗੇ ਤਾਂ ਕਾਫੀ ਮੁਸ਼ਕਲਾਂ ਹੋ ਸਕਦੀਆਂ ਕਰੀਅਰ ਦੇ ਵਿੱਚ। ਤੋ ਉਸ ਵੇਲੇ ਫਿਰ ਸਾਰਿਆਂ ਨੇ ਮੈਨੂੰ ਕਨਵਿੰਸ ਕੀਤਾ ਕਿ ਨਹੀਂ ਆਪਾਂ ਪਹਿਲਾ ਪ੍ਰੋਜੈਕਟ ਇਹ ਕਰਦੇ ਹਾਂ ਮਿੰਨੀ ਪੰਜਾਬ, ਤੇ ਮਿੰਨੀ ਪੰਜਾਬ ਦੇ ਵਿੱਚ ਮੈਂ ਉਦੋਂ ਐਕਟਿੰਗ ਵੀ ਕਰਨੀ ਸੀਗੀ, ਇੱਕ ਕਰੈਕਟਰ ਵੀ ਸੀਗਾ ਜਿਹੜਾ ਆਈ ਵਾਸ ਸਪੋਜ਼ ਟੂ ਡੂ, ਪਰ ਉਹ ਡਾਇਰੈਕਟਰ ਨੂੰ ਲੱਗਾ ਕਿ ਨਹੀਂ ਮੈਂ ਕਦੀ ਐਕਟਿੰਗ ਕੀਤੀ ਨਹੀਂ ਆ, ਮੇਰਾ ਕੋਈ ਐਕਸਪੀਰੀਅੰਸ ਨਹੀਂ ਆ, ਸੋ ਉਹਨੇ ਮੈਨੂੰ ਉਹ ਕਿਰਦਾਰ ਨਹੀਂ ਦਿੱਤਾ। ਸੋ ਐਕਟਰ ਬਣਨ ਦਾ ਸੁਪਨਾ ਰਹਿ ਗਿਆ ਤੇ ਉਹਦੇ 'ਚ ਬਣਿਆ ਸਿਰਫ ਪ੍ਰੋਡਿਊਸਰ ਹੀ, ਕਿਉਂਕਿ ਸੋਚਿਆ ਸੀ ਕਿ ਪ੍ਰੋਡਿਊਸਰ ਐਕਟਰ ਬਣਾਂਗੇ, ਕੁਛ ਐਕਟਿੰਗ ਵੀ ਕਰਾਂਗੇ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਬੰਦਾ ਇਹਨੂੰ ਐਕਟਿੰਗ ਦਾ ਝੱਸ ਪਿਆ ਹੋਵੇ ਜਾਂ ਜਿਹਦੇ ਅੰਦਰ ਐਕਟਿੰਗ ਦਾ ਕੀੜਾ ਹੋਵੇ ਉਹਨੂੰ ਜ਼ਰੂਰ ਉਹ ਟਿਕਣ ਨਹੀਂ ਦਿੰਦਾ। ਸੋ ਉਹ ਫਿਲਮ ਚਲੋ ਬਣੀ ਚੱਲੀ ਨਹੀਂ, ਫਿਰ ਉਸ ਤੋਂ ਬਾਅਦ ਡੈਸਟਨੀ ਸੀਗੀ ਜਿਹੜੀ ਸਾਡਾ ਹੱਕ ਤੱਕ ਮੈਨੂੰ ਲੈ ਕੇ ਗਈ, ਫਿਰ ਉਹ ਕਹਾਣੀ ਜਿਹੜੀ ਮੈਂ ਪਹਿਲਾਂ ਵੀ ਲਿਖੀ ਬੈਠਾ ਸੀ ਉਹਨੂੰ ਦੁਬਾਰਾ ਰਿਵਾਈਜ਼ ਕੀਤਾ, ਤੇ ਸਾਡਾ ਹੱਕ ਦੀ ਕਹਾਣੀ ਫਿਰ ਲਿਖੀ, ਤੇ ਬੜੀ ਜਿਹਨੂੰ ਬੇਸ਼ੁਮਾਰ ਪਿਆਰ ਮਿਲਿਆ ਦੁਨੀਆ ਭਰ 'ਚ। ਕੁਲਜਿੰਦਰ ਤੁਹਾਡੇ ਲਈ ਚੈਲੰਜ ਕੀ ਰਿਹਾ ਇੰਡਸਟਰੀ ਵਿੱਚ ਸਭ ਤੋਂ ਵੱਡਾ? ਸਭ ਤੋਂ ਵੱਡਾ ਚੈਲੰਜ ਮੈਨੂੰ ਲੱਗਦਾ ਕੋਈ ਨਹੀਂ ਰਿਹਾ ਮੇਰੇ ਲਈ, ਕਿਉਂਕਿ ਜਿਹੜੀ ਮੇਰੀ ਜਰਨੀ ਆ ਹੁਣ ਤੱਕ ਦੀ ਉਹ ਵਧੀਆ ਚੱਲ ਰਹੀ ਆ, ਤੇ ਇਹੀ ਆ ਕਿ ਥੋੜ੍ਹਾ ਜਿਹਾ ਆਪਣਾ ਸਿਨੇਮਾ ਜਿਹੜਾ ਐਕਸਪੈਰੀਮੈਂਟਲ ਘੱਟ ਹੈ, ਆਪਣਾ ਸਿਨੇਮਾ ਟਾਈਪ ਕਾਸਟ ਕਰ ਦਿੰਦਾ ਐਕਟਰਾਂ ਨੂੰ,
मैं जदों साडा फिल्म कीती सी ते उस तो बाद मेरे को सारे ही किरदार जां सारियां स्क्रिप्ट इहो जिहियां आ रहियां सी जिहड़ियां मेरा पूरे सिखी सरूप दे विच ते पगड़ी बन के करन वालियां सी। ते क्योंकि हालांकि लोगों को बहुत सारे पता सी, फिल्म इंडस्ट्री नूं भी पता सी कि मैं जिहड़ी वो केस रखे सी जां दाढ़ी रखी सी वो साडा हक दा करैक्टर निभाउण लई रखी सी, पर फिर भी इंडस्ट्री नूं लगा सी कि तुहाडी वो लुक चली आ ते वो लुक दे विच ही तुसीं होर फिल्मां करो, ते मतलब एक्सपेरिमेंट करने लिए लोकी बड़े तैयार नहीं सी। ओदे विच्चों ही फिर योदा फिल्म निकली ते उस तो बाद एक होर फिल्म भी मेरे को आई, पर मैं सोचा कि नहीं ये हुण एक टाइप कास्ट हो जाऊंगा मैं बतौर एक्टर, तो जे मैं एक्टिंग करनी है तो मैंने कोई अलग नवा कुछ चुनना चाहिए। सो ओदे विच मेरे को एक ऑफर आई शरीक फिल्म की, तो शरीक फिल्म के विच फिर मैं एक नैगेटिव किरदार पाली वाला किया, तो उस तो लोगों को रियलाइज होया कि नहीं ये बंदा सिक्खी वाले करैक्टर ही नहीं, एक एक्टर के तौर पर हर तरीके का किरदार निभा सकता। सो उस तो बाद मैनू नैगेटिव करैक्टर की ऑफरस आनियाँ शुरू हो गई। हुण मैं चाहुंदा कि इंडस्ट्री एक्सप्लोर करे, हर एक एक्टर के नाल ही करना चाहिए, पोटेंशियल हर एक एक्टर के अंदर बहुत वधिया हुंदा। सो मैनू लगता मैं कॉमिक करैक्टर भी कर सकदा, पर अजे तक कोई डायरेक्टर आया नहीं मेरे कोल, ते मैं वेट कर रहा कि कदों कोई वधिया एक स्टोरी लैके मेरे कोल आवे ते मैं नवें तरीके का काम करा। गुरमुख दे विच, गुरमुख दे विच काफ़ी हद तक एक फिल्म आ रही मेरी गुरमुख पाली भुपिंदर हुणा दी। सो पाली भुपिंदर हुणा ने मेरे को काफ़ी सोहना काम कराया, मैंने लगता काफ़ी शेड्स ने मेरिया एक्टिंग दिया नवीं जिहड़ियां उहदे च उन्होंने कढ़ाइयां ने एक्सप्लोर कीतियां ने। सो मैंने लगता जिवें लॉकडाउन खुलदा है वो फिल्म रिलीज़ हुंदी आ ते लोकां नूं होर मेरे एज एन एक्टर पोटेंशियल का पता लगेगा। सो उस तो अलावा दो फिल्मां होर बनियां पईयां ने मेरियां, एक जतेंद्र मोर हुणा दी फिल्म है हरीके, सो मे बी शायद असीं उहनूं डिजिटल प्लेटफॉर्म से रिलीज़ करिए। सो उहदे विच भी बहुत सोहना काम जतेंद्र मोर हुणा ने करवाया मेरे कोलों, ते एक फिल्म नवतेज संधू होना दे नाल मैं कीती है जमरौद। तो तीनों फिल्मा मेन लीड च मैं कीतियां जिहड़ियां रेडी पईयां ने। सो वन बाय वन रिलीज़ होणगियां ते मैनूं लगदा कि इंडस्ट्री नूं ते ऑडियंस नूं मेरी एज एन एक्टर होर कैपेबिलिटी का पता लगेगा। सो आई एम लुकिंग फॉरवर्ड फॉर मोर सच अपॉर्चुनिटीज। ਜਿਹਨੂੰ ਤੁਸੀਂ ਕਿਹੜਾ ਕਿਰਦਾਰ ਸਭ ਤੋਂ ਵੱਧ ਇੰਜੋਏ ਕੀਤਾ ਹੈ ਹੁਣ ਤੱਕ, ਜਿੰਨੇ ਵੀ ਦੇਖੋ ਤੁਸੀਂ ਕੈਰੈਕਟਰ ਕੀਤੇ ਨੇ ਉਹਨਾਂ ਜੀ ਵਿੱਚੋਂ ਜੀ ਕੋਈ ਤੁਹਾਡਾ ਫੇਵਰਟ ਕਿਰਦਾਰ ਜਿਹੜਾ ਤੁਹਾਨੂੰ ਲੱਗਿਆ ਹੋਵੇ ਕਿ ਹਾਂ ਇਹ ਕਿਰਦਾਰ ਕਰਕੇ ਇੱਕ ਮਜ਼ਾ ਆਵੇ, ਇੱਕ ਸੈਟੀਸਫੈਕਸ਼ਨ ਜੀ ਮਿਲਦੀ ਹੈ ਜਿੱਦਾਂ ਐਕਟਰ ਨੂੰ ਕਿ ਮੈਂ ਹਾਂ ਮਤਲਬ ਇਹ ਪ੍ਰੂਫ ਕਰ ਗਿਆ ਕਿ ਮੈਂ ਕੁਝ ਕੀਤਾ ਕਿਰਦਾਰ 'ਚ। ਮਤਲਬ ਕਿਰਦਾਰ ਤਾਂ ਡਿਫਰੈਂਟ ਡਿਫਰੈਂਟ ਕਿਰਦਾਰ ਹੁੰਦੇ ਨੇ, ਤੁਹਾਨੂੰ ਕਿਹੜਾ ਲੱਗਦਾ ਵੀ ਤੁਹਾਡਾ ਉਹ ਫੇਵਰਟ ਕਿਰਦਾਰ ਹੈ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਿਭਾ ਪਾਏ, ਜਿਹਦੇ ਨਾਲ ਜਸਟਿਸ ਕਰ ਸਕੇ ਹੋ? ਦੇਖੋ ਸਾਡਾ ਹੱਕ, ਕਿਉਂਕਿ ਮੇਰੀ ਪਹਿਲੀ ਫਿਲਮ ਸੀ ਉਹਦੇ ਵਿੱਚ ਜਿਹੜਾ ਕਰਤਾਰ ਸਿੰਘ ਬਾਜ ਦਾ ਕਿਰਦਾਰ ਸੀ ਉਹ ਮੇਰਾ ਫੇਵਰੇਟ ਹੈਗਾ ਹੀ ਹੈਗਾ। ਉਸ ਤੋਂ ਇਲਾਵਾ ਇੱਕ ਫਿਲਮ ਸੀਗੀ ਪੰਜਾਬ ਸਿੰਘ, ਪੰਜਾਬ ਸਿੰਘ ਦੇ ਵਿੱਚ ਫਿਲਮ ਉਹ ਖਾਸ ਨਹੀਂ ਚੱਲੀ, ਪਰ ਪੰਜਾਬ ਸਿੰਘ 'ਚ ਜਿਹੜਾ ਮੇਰਾ ਕਿਰਦਾਰ ਸੀ ਲਾਲੀ ਸਰਕਾਰੀਆ ਦਾ, ਉਹਨੂੰ ਮੈਂ ਬੜਾ ਇੰਜੋਏ ਕਰਕੇ ਨਿਭਾਇਆ ਸੀ। ਅਤੇ ਉਹ ਜਿਨ੍ਹਾਂ ਜਿਨ੍ਹਾਂ ਨੇ ਵੀ ਫਿਲਮ ਦੇਖੀ, ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਜਿੰਨਿਆਂ ਕੁ ਨੇ ਵੀ ਦੇਖੀ ਉਹ ਫਿਲਮ, ਉਹ ਹਰੇਕ ਨੇ ਉਹ ਕਿਰਦਾਰ ਨੂੰ ਐਪਰੀਸ਼ੀਏਟ ਕੀਤਾ, ਮੇਰਾ ਐਜ ਏ ਐਕਟਰ ਉਹਨਾਂ ਨੇ ਪੋਟੈਂਸ਼ੀਅਲ ਨੂੰ ਮੰਨਿਆ ਕਿ ਹਾਂ ਬਈ ਵਧੀਆ ਸੋਹਣਾ ਕੰਮ ਕੀਤਾ ਤੂੰ, ਚੰਗੇ ਚੰਗੇ ਵਧੀਆ ਐਕਟਰਾਂ ਨੇ ਮੈਨੂੰ ਉਹਦੇ ਲਈ ਕੰਪਲੀਮੈਂਟ ਦਿੱਤਾ, ਡਾਇਰੈਕਟਰਾਂ ਨੇ ਉਸ ਕੰਮ ਲਈ ਕੰਪਲੀਮੈਂਟ ਦਿੱਤਾ। ਸੋ ਮੈਨੂੰ ਲੱਗਦਾ ਉਹ ਵੀ ਵਧੀਆ ਕੰਮ ਸੀਗਾ। ਪੰਜਾਬੀ ਇੰਡਸਟਰੀ 'ਚ ਤੁਹਾਨੂੰ ਲੱਗਦਾ ਕਿ ਜਿੰਨਾ ਐਕਸਪੈਰੀਮੈਂਟ ਹੋਣਾ ਚਾਹੀਦਾ ਉਹਨਾਂ ਹੋ ਨਹੀਂ ਰਿਹਾ, ਤੇ ਕੀ ਕਾਰਨ ਹੈ ਉਹ ਐਕਸਪੈਰੀਮੈਂਟ ਕਰਨ 'ਚ? ਜਾਂ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਕੋਈ ਰਿਸਕ ਹੈ ਜਦੋਂ ਅਸੀਂ ਕਿਸੇ ਨੂੰ ਬਣਾਉਂਦੇ ਹਾਂ? ਹਾਂ ਬਿਲਕੁਲ ਤੁਸੀਂ ਠੀਕ ਹੈ, ਮੈਨੂੰ ਐਕਸਪੈਰੀਮੈਂਟ ਘੱਟ ਕਰ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ, ਜਿੰਨੇ ਵੀ ਆਪਣੇ ਰਾਈਟਰ ਨੇ ਜਾਂ ਡਾਇਰੈਕਟਰ ਨੇ ਉਹ ਬੇਸਿਕਲੀ ਸੇਫ ਖੇਡਣਾ ਚਾਹੁੰਦੇ ਨੇ, ਉਹਨਾਂ ਨਾਲੋਂ ਵੀ ਵੱਧ ਪ੍ਰੋਡਿਊਸਰ ਜ਼ਿਆਦਾ ਸੇਫ ਖੇਡਣਾ ਚਾਹੁੰਦੇ ਨੇ, ਕਿਉਂਕਿ ਪ੍ਰੋਡਿਊਸਰ ਹਰੇਕ ਦੇ ਪੈਸੇ ਲੱਗੇ ਹੁੰਦੇ, ਉਹ ਚਾਹੁੰਦਾ ਹੈ ਕਿ ਮੇਰੇ ਘੱਟੋ ਘੱਟ ਪੈਸੇ ਜਿੰਨੇ ਲੱਗੇ ਆ ਉਹਦੀ ਜ਼ਰੂਰ ਵਾਪਸੀ ਹੋਣੀ ਚਾਹੀਦੀ ਆ। ਸੋ ਪ੍ਰੋਡਿਊਸਰ ਹੀ ਰਿਸਕ ਲੈ ਕੇ ਤਿਆਰ ਨਹੀਂ, ਸੋ ਪ੍ਰੋਡਿਊਸਰ ਜੇ ਕੋਈ ਰਿਸਕ ਲਊਗਾ ਤਾਂ ਕੋਈ ਨਵੀਂ ਚੀਜ਼ ਬਣੂਗੀ। ਸੋ ਮੈਨੂੰ ਲੱਗਦਾ ਪ੍ਰੋਡਿਊਸਰਾਂ ਨੂੰ ਸੋਚਣਾ ਚਾਹੀਦਾ ਕਿ ਆਪਣਾ ਚੰਗਾ ਕੰਟੈਂਟ ਹੋਵੇ ਕਿਸੇ ਵੀ ਜੋਨਰ ਦਾ ਹੋਵੇ ਅਤੇ ਉਹਨੂੰ ਆਡੀਅੰਸ ਕਬੂਲ ਕਰਦੀ ਆ। ਸੋ ਪਰ ਮੋਸਟਲੀ ਪ੍ਰੋਡਿਊਸਰ ਜਿਹੜੇ ਮੈਨੂੰ ਲੱਗਦਾ 90-95% ਹੈ ਉਹ ਹੁੰਦੇ ਆ ਕਿ ਕਮੇਡੀ ਲੈ ਕੇ ਬਣਾ ਲਓ, ਇਹਨਾਂ ਐਕਟਰਾਂ ਨੂੰ ਲੈ ਕੇ ਇਹੋ ਜਿਹੀ ਫਿਲਮ ਬਣਾ ਲਓ। ਸੋ ਉਹ ਜਿਹੜਾ ਮਿੱਥ ਹੈ ਬਣੀ ਹੋਈ ਅਤੇ ਉਹਨੂੰ ਮੇਰੇ ਖਿਆਲ ਨਾਲ ਇੰਡਸਟਰੀ ਤੋੜੂਗੀ, ਹੌਲੀ ਹੌਲੀ ਟੁੱਟ ਵੀ ਰਹੀ ਆ, ਨਵੀਂ ਨਵੀਆਂ ਵਿੱਚ ਵਿੱਚ ਕਿਤੇ ਨਾ ਕਿਤੇ ਐਕਸਪੈਰੀਮੈਂਟ ਹੁੰਦੇ ਆ। ਸੋ ਐਕਸਪੈਰੀਮੈਂਟ ਜੇ ਕਾਮਯਾਬ ਹੋਣਗੇ, ਆਡੀਅੰਸ ਉਹਨਾਂ ਨੂੰ ਪਿਆਰ ਦਊਗੀ ਅਤੇ ਪ੍ਰੋਡਿਊਸਰ ਵੀ ਨਵੇਂ ਨਵੇਂ ਸਬਜੈਕਟਸ ਦੇ ਲਈ ਪੈਸੇ ਲੈ ਕੇ ਆਉਣਗੇ। ਜਿੱਦਾਂ ਤੁਸੀਂ ਕਿਹਾ ਤੁਹਾਨੂੰ ਕਦੇ ਕਾਮੇਡੀ ਕੈਰੈਕਟਰ ਕਰਨ ਦਾ ਮੌਕਾ ਨਹੀਂ ਮਿਲਿਆ, ਮੰਨ ਲਓ ਤੁਹਾਨੂੰ ਐਦਾਂ ਕੋਈ ਆਫਰ ਆਉਂਦਾ, ਤੁਸੀਂ ਕਿੱਦਾਂ ਦੀ ਕਾਮੇਡੀ ਕਰਨਾ ਚਾਹੋਗੇ, ਕਿੱਦਾਂ ਦਾ ਕਾਮੇਡੀ ਕੈਰੈਕਟਰ ਕਰਨਾ ਚਾਹੋਗੇ ਆਡੀਅੰਸ ਵਾਸਤੇ, ਆਪਣੇ ਫੈਨਸ ਵਾਸਤੇ? ਮੈਂ ਕਿਸੇ ਵੀ ਤਰ੍ਹਾਂ ਦਾ ਬਤੌਰ ਕਲਾਕਾਰ ਮੈਂ ਕਿਸੇ ਵੀ ਕਿਰਦਾਰ ਦੇ ਵਿੱਚ ਢਲ ਸਕਦਾ, ਇੰਨਾ ਮੈਨੂੰ ਆਪਣੇ ਆਪ 'ਤੇ ਕੌਨਫੀਡੈਂਸ ਹੈ। ਸੋ ਮੈਨੂੰ ਲੱਗਦਾ ਕਿ ਕੋਈ ਵੀ ਚੰਗਾ ਡਾਇਰੈਕਟਰ, ਮੈਂ ਸਮੀਪ ਕੰਗ ਹੁਣਾਂ ਨੂੰ ਵੀ ਕਿਹਾ ਸੀ ਤੁਸੀਂ ਬਣਾਉਂਦੇ ਹੋ ਫਿਲਮਾਂ
ਤੇ ਤੁਹਾਨੂੰ ਟਰਾਈ ਕਰਨਾ ਚਾਹੀਦਾ ਕਿਤੇ। ਪਰ ਕਿਤੇ ਨਾ ਕਿਤੇ ਹਰ ਬੰਦਾ ਸੋਚਦਾ ਹੈ, ਡਾਇਰੈਕਟਰ ਤੇ ਉਸ ਡਾਇਰੈਕਟਰ ਨਾਲੋਂ ਵੱਧ ਪ੍ਰੋਡਿਊਸਰ ਸੋਚਦਾ, ਕਹਿੰਦਾ ਅੱਛਾ ਯਾਰ ਇਹ ਕਿਰਦਾਰ ਤੇ ਅੱਛਾ ਕੁਲਜਿੰਦਰ ਸਿੰਘ ਤੂੰ, ਪਰ ਇੱਦਾਂ ਦਾ ਉਹਨੇ ਕਦੀ ਕੀਤਾ ਨਹੀਂ। ਪਰ ਇਹੀ ਚੀਜ਼ ਦਾ ਮਜ਼ਾ ਹੁੰਦਾ ਕਿ ਜਿਹੜੇ ਐਕਟਰ ਨੇ ਪਹਿਲਾਂ ਉਹੋ ਜਿਹਾ ਕਿਰਦਾਰ ਨਾ ਨਿਭਾਇਆ ਹੋਵੇ, ਕੋਈ ਨਵੀਂ ਚੀਜ਼ ਕਰੇ, ਆਡੀਅੰਸ ਨੂੰ ਵੀ ਇੱਕ ਨਵਾਂ ਚਿਹਰਾ ਇੱਕ ਨਵੇਂ ਰੂਪ ਦੇ ਵਿੱਚ ਦੇਖਣਾ ਅੱਛਾ ਲੱਗਦਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਤਰੀਕੇ ਦਾ ਮੈਨੂੰ ਕੋਮੀਕਲ ਕਿਰਦਾਰ ਮਿਲੇ, ਚੰਗਾ ਹੋਣਾ ਚਾਹੀਦਾ, ਸਬਸਟੈਂਸ਼ੀਅਲ ਕਿਰਦਾਰ ਤਾਂ ਮੈਂ ਜ਼ਰੂਰ ਕਰੂੰਗਾ। ਅਤੇ ਇਹ ਮੈਂ ਆਪਣੇ ਡਾਇਰੈਕਟਰ ਦੋਸਤਾਂ ਨੂੰ ਵੀ ਕਹਿੰਦਾ ਰਹਿੰਦਾ, ਸੋ ਮੈਨੂੰ ਲੱਗਦਾ ਉਹ ਟਾਈਮ ਆ ਜਾਏਗਾ ਜਲਦੀ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਤੁਸੀਂ ਕਾਮੇਡੀ ਕਿਰਦਾਰ ਕਰ ਪਾਓਗੇ ਕਿਤੇ ਨਾ ਕਿਤੇ ਕਿਸੇ ਪ੍ਰਕਾਰ ਦਾ ਡਰ, ਕਿਉਂਕਿ ਜ਼ਿਆਦਾਤਰ ਨੈਗੇਟਿਵ ਕੈਰੈਕਟਰਸ ਦਾ ਜਿਹੜਾ ਸ਼ੇਡ ਆ ਫੇਸ ਆ ਉਹ ਵੀ ਦੇਖਣ ਨੂੰ ਮਿਲਿਆ ਇੱਕ ਹਾਂ ਨੈਗੇਟਿਵ ਹਾਂ ਫੇਸ। ਜਦੋਂ ਤੁਸੀਂ ਕਾਮੇਡੀ ਕਰੋਗੇ ਤੁਹਾਨੂੰ ਕਿਤੇ ਨਾ ਕਿਤੇ ਡਰ ਹੈ ਕਿ ਇੱਕ ਰਿਸਕ ਹੈ, ਮੇਰੇ ਲਈ ਰਿਸਕ ਫੈਕਟਰ ਹੈ, ਮੈਂ ਉਹਨੂੰ ਪੂਰੀ ਤਰ੍ਹਾਂ ਕਰ ਪਾਊਂਗਾ, ਖਰਾ ਉਤਰ ਪਾਊਂਗਾ ਆਡੀਅੰਸ ਦੀਆਂ ਕੋ ਉਹਨਾਂ ਦੀਆਂ ਐਕਸਪੈਕਟੇਸ਼ਨਸ ਤੇ, ਇੱਦਾਂ ਕਿਤੇ ਨਾ ਕਿਤੇ ਲੱਗਿਆ ਤੁਹਾਨੂੰ? ਨਹੀਂ ਮੈਨੂੰ ਕਦੇ ਨਹੀਂ ਲੱਗਿਆ, ਕਿਉਂਕਿ ਮੈਂ ਜਿਹੜੇ ਜਿਮ ਕੈਰੀ ਵਰਗੇ ਹਾਲੀਵੁੱਡ ਦੇ ਐਕਟਰ ਨੇ ਜਾਂ ਮਿਸਟਰ ਬੀਨ ਹੈ ਜਾਂ ਇਹੋ ਜਿਹੜੇ ਕਰੈਕਟਰਸ ਨੇ, ਸ਼ੁਰੂ 'ਚ ਆਪਾਂ ਚਾਰਲੀ ਚੈਪਲਨ ਸਾਹਿਬ ਦੇਖ ਲਈਏ, ਸੋ ਇਹੋ ਜਿਹੇ ਕਰੈਕਟਰ ਹਮੇਸ਼ਾ ਮੈਨੂੰ ਚੰਗੇ ਲੱਗੇ ਆ ਐਂਟਰਟੇਨ ਕਰਦੇ ਹੋਏ। ਸੋ ਮੈਨੂੰ ਲੱਗਦਾ ਉਹੋ ਜਿਹੀਆਂ ਮਸਤੀਆਂ, ਉਹੋ ਜਿਹੇ ਜਿਹੜੀਆਂ ਹਰਕਤਾਂ ਨੇ, ਉਹੋ ਜਿਹੀ ਜਿਹੜੀ ਬੋਡੀ ਲੈਂਗੁਏਜ ਹੈ ਅਤੇ ਉਹੋ ਜਿਹੀ ਜਿਹੜੀ ਡਾਇਲੋਗ ਡਿਲੀਵਰੀ ਆ, ਉਹ ਸਾਰਾ ਕੁਛ ਕੀਤਾ ਜਾ ਸਕਦਾ ਬਤੌਰ ਕਰਦਾ ਮੈਂ ਕਰੈਕਟ ਐਕਟਰ ਉਹਨੂੰ ਐਕਸਪੀਰੀਅੰਸ ਕਰਨਾ ਚਾਹੁੰਦਾ, ਐਕਸਪੈਰੀਮੈਂਟ ਕਰਨਾ ਚਾਹੁੰਦਾ। ਮੇਰਾ ਕਈ ਵਾਰ ਇਹ ਵੀ ਮੂਡ ਬਣਦਾ ਹੁੰਦਾ ਕਿ ਫਿਲਮ ਦੇ ਲਈ ਸ਼ਾਇਦ ਜੇ ਸਮਾਂ ਲੱਗਦਾ ਤਾਂ ਮੈਂ ਕੋਈ ਥੀਏਟਰ ਦੀ ਇਹੋ ਜਿਹੀ ਪ੍ਰੋਡਕਸ਼ਨ ਦਾ ਹਿੱਸਾ ਬਣਾ ਜਿਹਦੇ 'ਚ ਮੈਨੂੰ ਕੁਛ ਇਹੋ ਜਿਹਾ ਨਵਾਂ ਕਰਨ ਨੂੰ ਮਿਲੇ। ਸੋ ਐਜ ਏ ਕਲਾਕਾਰ ਮੇਰੇ ਵਿੱਚ ਭੁੱਖ ਹੈ ਕਿ ਮੈਂ ਕੋਈ ਨਵੇਂ ਨਵੇਂ ਕਿਰਦਾਰ ਕਰਦਾ ਰਵਾਂ। ਤੁਹਾਡੇ ਲਈ ਕੁਲਜਿੰਦਰ ਇੰਟਰਸਟਿੰਗ ਫੈਕਟ ਕੀ ਰਿਹਾ ਪੰਜਾਬੀ ਇੰਡਸਟਰੀ ਵਿੱਚ? ਇੰਟਰਸਟਿੰਗ ਜਰਨੀ ਇੰਟਰਸਟਿੰਗ ਹੀ ਰਹੀ ਹੈ, ਕਿਉਂਕਿ ਜਦੋਂ ਤੁਸੀਂ ਜਿਹੜਾ ਕੰਮ ਕਰ ਰਹੇ ਹੁੰਦੇ ਹੋ ਉਸਨੂੰ ਇੰਜੋਏ ਕਰੋ, ਤੇ ਜਦੋਂ ਤੁਸੀਂ ਆਪਣੇ ਕੰਮ ਨੂੰ ਇੰਜੋਏ ਕਰ ਰਹੇ ਹੁੰਦੇ ਹੋ ਤੇ ਕੰਮ ਕਰਦਿਆਂ ਤੁਸੀਂ ਥੱਕਦੇ ਨਹੀਂ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਡੇ ਨਾਈਟ ਦੀ ਇਕੱਠੀ 24-24 ਘੰਟੇ ਦੀਆਂ ਵੀ ਸ਼ਿਫਟਾਂ ਲਾ ਕੇ ਕੰਮ ਕਰ ਲਈਦਾ ਕਈ ਵਾਰ। ਸੋ ਥਕਾਵਟ ਨਹੀਂ ਹੁੰਦੀ, ਉਹ ਮੁਹੱਬਤ ਹੈ, ਪਿਆਰ ਹੈ ਕੰਮ ਦੇ ਨਾਲ। ਸੋ ਮੈਨੂੰ ਲੱਗਦਾ ਐਜ਼ ਏ ਜੋਬ ਹੀ ਇੱਕ ਐਕਟਰ ਦੀ ਜੋਬ ਹੀ ਬੜੀ ਇੰਟਰਸਟਿੰਗ ਹੈ ਜੇ ਤੁਸੀਂ ਉਹਨੂੰ ਦਿਲੋਂ ਕਰ ਰਹੇ ਹੋ, ਕਿਉਂਕਿ ਜਦੋਂ ਦਿਲੋਂ ਕਰੋਗੇ ਨਹੀਂ ਤਾਂ ਤੁਸੀਂ ਇੰਡਸਟਰੀ 'ਚ ਟਿਕੇ ਨਹੀਂ ਰਹੋਗੇ, ਕਿਉਂਕਿ ਹਰੇਕ ਐਕਟਰ ਦਾ ਪਤਾ ਲੱਗ ਜਾਂਦਾ ਕਿ ਉਹ ਕਿੰਨਾ ਕੁ ਖੁਬਿਆ ਹੋਇਆ ਆਪਣੇ ਕਿਰਦਾਰ 'ਚ। ਜਦੋਂ ਖੁਬ ਕੇ ਤੁਸੀਂ ਕਿਰਦਾਰ ਕਰਦੇ ਹੋ ਤੇ ਉਹ ਤੁਹਾਡੀ ਜਰਨੀ ਵਧੀਆ ਹੋ ਜਾਂਦੀ, ਫਿਰ ਉਸ ਤੋਂ ਬਾਅਦ ਜਦੋਂ ਆਡੀਅੰਸ ਦਾ ਉਹਨੂੰ ਰਿਜ਼ਲਟ ਵਧੀਆ ਮਿਲ ਜਾਂਦਾ, ਰਿਸਪੋਂਸ ਅੱਛਾ ਮਿਲ ਜਾਂਦਾ, ਲੋਕੀ ਜਦੋਂ ਪਿਆਰ ਦਿੰਦੇ ਆ, ਰੈਕਗਨੇਸ਼ਨ ਦਿੰਦੇ ਆ, ਸੋ ਲੱਗਦਾ ਕਿ ਜਿਹੜੀ ਮਿਹਨਤ ਕੀਤੀ ਸੀ ਉਹ ਵਧੀਆ ਫਲ ਲੈ ਕੇ ਆਈ ਹੈ। ਸੋ ਜਰਨੀ ਬੜੀ ਖੂਬਸੂਰਤ ਮੇਰੇ ਖਿਆਲ ਨਾਲ ਚੱਲ ਰਹੀ ਹੈ ਮੇਰੀ ਹੁਣ ਤੱਕ ਦੀ, ਅੱਗੇ ਹੋਰ ਬਹੁਤ ਕੁਛ ਕਰਨ ਦੀ ਤਮੰਨਾ। ਦੋਨਾਂ ਕਦੇ ਸਿੰਗਿੰਗ ਵੱਲ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੰਗਿੰਗ 'ਚ ਮੈਂ ਆਪਣਾ ਹੱਥ ਕਦੇ ਅਜ਼ਮਾਵਾਂ, ਕਿਉਂਕਿ ਐਕਟਰ ਤੁਸੀਂ ਹੋਈ ਵਧੀਆ, ਕਦੇ ਲੱਗਿਆ ਕਿ ਮੈਂ ਐਕਸਪੈਰੀਮੈਂਟ ਕਰਾਂ ਕੁਛ, ਜਿਹਦਾ ਐਕਟਰ ਦਾ ਸ਼ੌਕ ਹੁੰਦਾ ਮੈਂ ਕੁਛ ਐਕਸਪੈਰੀਮੈਂਟ ਕਰਾਂ, ਸਿੰਗਿੰਗ ਵੱਲ ਜਾਵਾਂ, ਇੱਦਾਂ ਦਾ ਕੁਛ ਕਰਾਂ, ਜਿੱਦਾਂ ਅਗਰ ਪੰਜਾਬੀ ਇੰਡਸਟਰੀ 'ਚ ਟ੍ਰੈਂਡ ਚੱਲ ਹੀ ਰਿਹਾ ਸਿੰਗਰ ਸਟੂਡੈਂਟ ਐਕਟਰ, ਇੱਦਾਂ ਦਾ ਕਦੇ ਸੋਚਿਆ ਕਿ ਮੈਂ ਸਿੰਗਿੰਗ 'ਚ ਵੀ ਆਪਣਾ ਜਿਹੜਾ ਲੱਕ ਟਰਾਈ ਕਰਾਂ, ਜਾਂ ਐਕਟਿੰਗ 'ਚ ਠੀਕ ਹੈ ਮੇਰਾ ਫੋਕਸ ਜਿਹੜਾ ਕਿਤੇ ਨਾ ਕਿਤੇ ਇਨਬੈਲੈਂਸ ਹੋ ਜਾਏਗਾ? ਨਹੀਂ ਮੈਨੂੰ ਲੱਗਦਾ, ਮੈਨੂੰ ਪਰਸਨਲੀ ਪਤਾ ਹੈ ਕਿ ਆਈ ਕਾਂਟ ਬੀ ਅ ਗੁੱਡ ਸਿੰਗਰ। ਹਰ ਇੱਕ ਬੰਦੇ ਨੂੰ ਆਪਣੀਆਂ ਲਿਮਿਟੇਸ਼ਨਸ ਤੇ ਆਪਣੀਆਂ ਸਟਰੈਂਥ ਪਤਾ ਹੁੰਦੀਆਂ ਨੇ, ਸੋ ਮੈਨੂੰ ਇਹ ਗੱਲ ਪਤਾ ਹੈ। ਸੋ ਮੈਂ ਉਸ ਪਾਸੇ ਕਦੀ ਨਹੀਂ ਗਿਆ, ਨਾ ਹੀ ਮੈਂ ਕਦੀ ਟਰਾਈ ਕੀਤੀ ਹੈ। ਸੋ ਮੈਨੂੰ ਇਹ ਹੈ ਕਿ ਮੈਂ ਫੋਕਸ ਹੋ ਕੇ ਆਪਣਾ ਕੰਮ ਜਿਹੜਾ ਬਤੌਰ ਕਲਾਕਾਰ ਐਕਟਰ ਦੇ ਤੌਰ 'ਤੇ ਕਰਾਂ, ਰਾਈਟਰ ਦੇ ਤੌਰ 'ਤੇ ਮੈਨੂੰ ਲੱਗਦਾ ਮੇਰੇ 'ਚ ਪੋਟੈਂਸ਼ੀਅਲ ਹੈਗਾ, ਮੈਨੂੰ ਰਾਈਟਿੰਗ ਵੀ ਕਰਦੇ ਰਹਿਣਾ ਚਾਹੀਦਾ। ਸੋ ਇਹ ਚੀਜ਼ਾਂ ਜਦੋਂ ਤੁਹਾਨੂੰ ਪਤਾ ਹੋਣ ਤੁਹਾਡੀ ਸਟਰੈਂਥ ਕਿੱਥੇ ਆ, ਤੁਹਾਡੀ ਵੀਕਨੈਸ ਕਿਹੜੀ ਆ, ਸੋ ਆਪਣੀ ਸਟਰੈਂਥ 'ਤੇ ਕੰਮ ਕਰਨ 'ਚ ਮੈਂ ਬਿਲੀਵ ਕਰਦਾ। ਸੋ ਮੈਂ ਐਵੇਂ ਨਵੇਂ ਨਵੇਂ ਪੰਗੇ ਲੈ ਕੇ ਜਾਂ ਨਵੇਂ ਨਵੇਂ ਸ਼ੋਸ਼ੇ ਛੱਡ ਕੇ ਅਤੇ ਆਪਣੇ ਆਪ ਨੂੰ ਲਾਈਮਲਾਈਟ 'ਚ ਰੱਖਣ ਦੀ ਕਦੇ ਨਾ ਕੋਸ਼ਿਸ਼ ਕੀਤੀ ਹੈ, ਨਾ ਹੀ ਅੱਗੇ ਕਰਨੀ ਹੈ। ਤੁਹਾਡਾ ਜੋਨਰ ਕੀ ਐਕਟਿੰਗ ਵਿੱਚ ਜੇ ਗੱਲ ਕਰੀਏ ਤਾਂ? ਐਕਟਿੰਗ ਦਾ ਮੇਰਾ ਕੋਈ ਜੋਨਰ ਨਹੀਂ ਹੈ ਜੀ, ਮੈਂ ਬਤੌਰ ਐਕਟਰ ਜਿਹੜਾ ਵਾ ਹਰ ਤਰ੍ਹਾਂ ਦੇ ਰੰਗ ਦੇ ਵਿੱਚ, ਹਰ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਢਲ ਜਾਣਾ ਚਾਹੁੰਦਾ, ਚਾਹੇ ਉਹ ਕੌਮਿਕ ਜੋਨਰ ਹੋ, ਚਾਹੇ ਉਹ ਨੈਗੇਟਿਵ ਕਿਰਦਾਰ ਹੋ, ਚਾਹੇ ਉਹ ਮੇਨ ਲੀਡ, ਚਾਹੇ ਉਹ ਰੋਮੈਂਟਿਕ ਹੋਵੇ, ਕਿਸੇ ਵੀ ਤਰੀਕੇ ਦਾ ਕਿਰਦਾਰ ਹੋਵੇ, ਤੇ ਮੈਨੂੰ ਹੈ ਕਿ ਮੈਂ ਉਹਦੇ ਵਿੱਚ ਢਲ ਕੇ ਉਹਦੇ 'ਚ ਖੁੱਭ ਕੇ ਉਹਨੂੰ ਨਿਭਾਵਾਂ, ਅਤੇ ਮੈਨੂੰ ਲੱਗਦਾ ਮੈਂ ਨਿਭਾ ਸਕਦਾ ਵੀ ਹਾਂ। ਸੋ ਇਸ ਕਰਕੇ ਬਤੌਰ ਐਕਟਰ ਮੈਨੂੰ ਲੱਗਦਾ ਮੈਂ ਵਰਸਟਾਈਲ ਐਕਟਰ ਹਾਂ, ਸੋ ਐਨੀ ਕਾਇੰਡ ਆਫ ਕਰੈਕਟਰ ਆਈ ਕੈਨ ਪਲੇ। ਉਹਦਾ ਡ੍ਰੀਮ ਰੋਲ ਕਿਹੜਾ ਹੈ ਕੁਲਜਿੰਦਰ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਹਾਲੇ ਤੱਕ? ਮਤਲਬ ਤੁਹਾਨੂੰ ਲੱਗ ਰਿਹਾ ਜਿੰਨੀ ਤੁਸੀਂ ਫਿਲਮਾਂ ਕੀਤੀਆਂ ਉਹਨਾਂ 'ਚ ਕੋਈ ਤੁਹਾਡਾ ਡ੍ਰੀਮ ਰੋਲ ਹੈ ਜਾਂ ਤੁਸੀਂ ਕਰਨਾ ਨਹੀਂ ਚਾਹੋਗੇ ਕੋਈ ਡ੍ਰੀਮ ਰੋਲ? ਨਹੀਂ ਮੈਂ ਅਜੇ ਤੱਕ ਨਹੀਂ ਆਪਣਾ ਫੁੱਲ ਪੋਟੈਂਸ਼ੀਅਲ ਨਹੀਂ ਦਿੱਤਾ, ਮੈਂ ਆਪਣੇ ਆਪ ਦੇ ਨਾਲ ਅਜੇ ਤੱਕ ਸੈਟੀਸਫਾਈਡ ਨਹੀਂ ਹਾਂ। ਸੋ ਮੈਨੂੰ ਲੱਗਦਾ ਡ੍ਰੀਮ ਰੋਲ ਆਊਗਾ, ਬਣੂਗੀ ਕੋਈ ਨਾ ਕੋਈ ਇਹੋ ਜਿਹੀ ਫਿਲਮ ਜਾਂ ਕੋਈ ਨਾ ਕੋਈ ਇਹੋ ਜਿਹੀ ਸਕ੍ਰਿਪਟ ਮੇਰੇ ਕੋਲ ਆਊਗੀ ਜਿਹੜੀ ਕਰਕੇ ਮੈਨੂੰ ਇਹ ਤਸੱਲੀ ਹੋਊਗੀ ਕਿ ਯੈਸ ਇਹੋ ਜਿਹਾ ਕਿਰਦਾਰ, ਇਹੋ ਜਿਹਾ ਡ੍ਰੀਮ ਰੋਲ ਮੈਂ ਲੱਭਦਾ ਸੀ। ਸੋ ਕਿੱਦਾਂ ਦਾ ਅਜੇ ਤੱਕ ਕਰਨਾ ਚਾਹੋਗੇ ਜੇ ਅਪੋਰਚੁਨਿਟੀ ਮਿਲਦੀ ਹੈ, ਡ੍ਰੀਮ ਰੋਲ ਕਿੱਦਾਂ ਦਾ ਹੋਣਾ ਚਾਹੀਦਾ ਤੁਹਾਡੇ ਮੁਤਾਬਿਕ?
देखो मैं एक हॉलीवुड दे कलाकार ने डैनियल डे ल्यूइस, तो वो हॉलीवुड दे एक्टर इको एक्टर ने मेल एक्टर जिन्होंने 4 ऑस्कर अवार्ड जीते ने। सो उन्हां दीयां फिल्मां ते उन्हां दे काम तो मैं बहुत ज़्यादा इंस्पायर्ड आ, मोटिवेट हुंदा। उन्होंने लिंकन एक किरदार प्ले किया सीगा इफ देयर विल बी ब्लड, एहो जी उन्होंने कमाल दीयां फिल्मां, गैंगस्टर ऑफ न्यूयॉर्क। तो उन्हां दीयां काफ़ी हुण तां पुराने हो गए ने, इस वेले घट काम करदे ने, आई थिंक हुण तां रिटायर ही हो गए ने, पर उन्हां दे जिहो जे किरदार उन्होंने अपनी जिंदगी च निभाए ने, सो मैनूं लगदा इहो जिहियां स्क्रिप्ट ते इहो जिहियां मेरे कोल कहानियां आउण ते मैं भी उस लेवल दे उत्ते काम करां। ਉਹਦਾ ਕੋ ਆਈਡਲ ਜਿਹਨੂੰ ਤੁਸੀਂ ਅਬਜ਼ਰਵ ਕਰਦੇ ਹੋ ਐਕਟਿੰਗ ਵਿੱਚ ਮੈਂ ਦੱਸਿਆ ਹੀ ਹੈ ਕਿ ਤਾਂ ਇਹੀ ਨੇ ਮਿਸਟਰ ਡੈਨੀਅਲ ਡੇ ਲੇਵਿਸ। ਬਾਲੀਵੁੱਡ ਇਹ ਜਾਂ ਪੰਜਾਬੀ ਇੰਡਸਟਰੀ 'ਚ ਕੋਈ ਬਾਲੀਵੁੱਡ ਦੇ ਵਿੱਚ ਮੈਨੂੰ ਕਾਫੀ ਐਕਟਰ ਅੱਛੇ ਲੱਗਦੇ ਨੇ, ਆਮਿਰ ਖਾਨ, ਹੁਣੇ ਜਿਹੜੇ ਆਪਣੇ ਐਕਟਰ ਗੁਜ਼ਰ ਗਏ ਨੇ, ਇਰਫਾਨ ਖਾਨ ਇਰਫਾਨ ਖਾਨ, ਨਵਾਜੁਦੀਨ ਸਦੀਕੀ, ਨਸੀਰੂਦੀਨ ਸ਼ਾਹ, ਇਹ ਸਾਰੇ ਵਧੀਆ ਐਕਟਰ ਨੇ। ਮੈਂ ਇਹਨਾਂ ਦੇ ਕੰਮ ਨੂੰ ਐਡਮਾਇਰ ਕਰਦਾ ਐਂਡ ਇਹਨਾਂ ਨੂੰ ਕੰਮ ਕਰਦੇ ਹੋਏ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਕੁਲਜਿੰਦਰ ਹੁਣ ਤੁਹਾਡੇ ਪਲਾਨਸ ਕੀ ਨੇ ਲੋਕਡਾਊਨ ਤੋਂ ਬਾਅਦ? ਲੋਕਡਾਊਨ ਤੋਂ ਬਾਅਦ ਫਿਲਮਾਂ ਨੇ ਕੁਝ ਪੈਂਡਿੰਗ ਪਈਆਂ, ਉਹਨਾਂ ਦੀਆਂ ਨਵੀਆਂ ਡੇਟਸ ਕੱਢਾਂਗੇ, ਨਵੇਂ ਸ਼ਡਿਊਲ ਬਣਾਵਾਂਗੇ, ਕਿਉਂਕਿ ਅਪ੍ਰੈਲ ਦੇ ਵਿੱਚ 2 ਫਿਲਮਾਂ ਸੀ ਮੇਰੀਆਂ ਜਿਹੜੀਆਂ ਸ਼ੁਰੂ ਹੋਣੀਆਂ ਸੀਗੀਆਂ, ਪਰ ਉਹ ਇਹ ਲੋਕਡਾਊਨ ਦੇ ਕਰਕੇ ਰੁਕ ਗਈਆਂ। ਸੋ ਇੱਕ ਹੋਰ ਸਕ੍ਰਿਪਟ ਸੀ ਜਿਹੜੀ ਆਲਮੋਸਟ ਤੈਅ ਸੀਗੀ ਕਿ ਅਸੀਂ ਜੂਨ ਦੇ ਵਿੱਚ ਲੈ ਕੇ ਜਾਣੀ ਸੀ ਫਲੋਰ ਦੇ ਵਿੱਚ। ਸੋ ਹੁਣ ਦੇਖਦੇ ਹਾਂ ਜਿਵੇਂ ਹੀ ਸਮਾਂ ਇਹ ਟਲਦਾ ਹੈ, ਮੁਸ਼ਕਿਲ ਦੀ ਘੜੀ 'ਚੋਂ ਆਪਾਂ ਸਾਰੇ ਨਿਕਲਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਕੰਮ ਕਾਰ ਬਾਰੇ ਸੋਚਾਂਗੇ, ਨਵੀਆਂ ਡੇਟਸ ਦੇ ਨਾਲ ਨਵੀਆਂ ਫਿਲਮਾਂ ਦੇ ਉੱਤੇ ਦੁਬਾਰਾ ਤੋਂ ਕੰਮ ਕਰਾਂਗੇ। ਪਰ ਮੈਨੂੰ ਲੱਗਦਾ ਹੁਣ ਜਿਹੜਾ ਸਮਾਂ ਆਉਣਾ ਹੈ ਪੋਸਟ ਕੋਵਿਡ, ਜਿਹੜਾ ਇੱਕ ਨਵਾਂ ਯੁੱਗ ਦੀ ਸ਼ੁਰੂਆਤ ਹੋਣੀ ਹੈ, ਜਿਹੋ ਜਿਹੀ ਮਹਾਂਮਾਰੀ ਫੈਲੀ ਹੋਈ ਹੈ, ਉਸ ਤੋਂ ਬਾਅਦ ਸਾਡੀ ਸਾਰਿਆਂ ਦੀ ਹਿਊਮੈਨਿਟੀ ਦੀ ਓਵਰਆਲ ਥਿੰਕਿੰਗ ਚੇਂਜ ਹੋਣੀ ਚਾਹੀਦੀ ਹੈ, ਕਿਉਂਕਿ ਇਹਨੇ ਸਾਨੂੰ ਬਹੁਤ ਸਾਰੇ ਲੈਸਨ ਦਿੱਤੇ ਨੇ। ਕੁਦਰਤ ਨੇ ਜਿਹੜੀ ਇਨਸਾਨ ਦੀ ਇਹ ਬ੍ਰੇਕ ਲਵਾਈ ਹੈ ਨਾ, ਤਾਂ ਬ੍ਰੇਕ ਨੇ ਬਹੁਤ ਸਾਰੇ ਲੈਸਨ ਦਿੱਤੇ ਨੇ। ਸੋ ਸਾਰੇ ਲੈਸਨ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਕੇ ਮੈਨੂੰ ਲੱਗਦਾ ਆਪਾਂ ਨੂੰ ਹੁਣ ਇਸ ਧਰਤੀ ਦੇ ਉੱਤੇ ਰਿਸਪੋਂਸੀਬਲ ਜੀਵ ਦੇ ਤੌਰ ਤੇ ਵਿਚਰਨਾ ਚਾਹੀਦਾ। ਇਨਸਾਨ ਇਹੀ ਸਮਝਦਾ ਕਿ ਸਾਰਾ ਕੁਛ ਉਹਦਾ ਹੀ ਆ, ਪਰ ਉਸ ਤੋਂ ਇਲਾਵਾ ਵੀ ਇਹ ਧਰਤੀ ਦੇ ਵਿੱਚ ਜਾਨਵਰਾਂ ਦਾ, ਪੰਛੀਆਂ ਦਾ, ਹਰ ਇੱਕ ਚੀਜ਼ ਦਾ ਓਨਾ ਹੀ ਹੱਕ ਹੈ। ਸੋ ਮੈਨੂੰ ਲੱਗਦਾ ਕਿ ਇੱਕ ਰਿਸਪੋਂਸੀਬਲ ਹਿਊਮਨ ਦੇ ਤੌਰ ਤੇ ਹਰ ਇੱਕ ਕੁਦਰਤ ਨੂੰ ਪੂਰਾ ਮੌਕਾ ਦੇਣਾ ਚਾਹੀਦਾ। ਜਿੰਨਾ ਕੁ ਆਪਾਂ ਗੰਦ ਪਾਤਾ ਸੀ, ਜਿੰਨਾ ਕੁ ਆਪਾਂ ਪੋਲਿਊਸ਼ਨ ਖਿਲਾਰਤਾ ਸੀ ਇਨਸਾਨਾਂ ਨੇ, ਤੇ ਜਿਸ ਹਿਸਾਬ ਨਾਲ ਗਲੇਸ਼ੀਅਰ ਜਿਹੜੇ ਆ ਮੈਲਟ ਹੋ ਰਹੇ ਸੀ, ਜਿਸ ਢੰਗ ਨਾਲ ਗਲੋਬਲ ਵਾਰਮਿੰਗ ਹੋ ਰਹੀ ਸੀ, ਉਹ ਰੁਕ ਗਈ ਹੈ ਇਸ ਵੇਲੇ ਬ੍ਰੇਕ ਜਿਹੜੀ ਲੱਗੀ ਹੈ। ਸੋ ਮੈਨੂੰ ਲੱਗਦਾ ਇਹ ਇੱਕ ਚੰਗਾ ਪੱਖ ਵੀ ਹੈ ਇਸ ਬ੍ਰੇਕ ਲੱਗਣ ਦੇ, ਬਹੁਤ ਸਾਰੇ ਚੰਗੇ ਪੱਖ ਨੇ। ਸੋ ਉਹਨਾਂ ਨੂੰ ਆਪਾਂ ਨੂੰ ਸਾਰੇ ਇਨਸਾਨਾਂ ਨੂੰ ਹੀ, ਹਰੇਕ ਨੂੰ ਜਿੰਨਾ ਕੁ ਯੋਗਾ ਹੈਗਾ ਉਹਨੂੰ ਉਹਦੇ ਹਿਸਾਬ ਨਾਲ ਕੰਟਰੀਬਿਊਟ ਕਰਨਾ ਚਾਹੀਦਾ। ਸੋ ਮੈਂ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੀ ਤਬਦੀਲੀ ਲਿਆਊਂਗਾ ਕਿ ਇਸ ਕੋਵਿਡ ਤੋਂ ਬਾਅਦ ਨੇਚਰ ਦਾ, ਪਾਣੀ ਦਾ, ਹਰ ਚੀਜ਼ ਦਾ ਜ਼ਿਆਦਾ ਧਿਆਨ ਰੱਖਿਆ ਜਾਊਗਾ। ਕੂੜਾ ਜਿਹੜਾ ਆਪਾਂ ਸੁੱਟ ਦਿੰਦੇ ਕਿਤੇ ਵੀ, ਬੋਟਲ ਚੱਕੀ ਪਾਣੀ ਦੀ ਪੀ ਕੇ ਕਿਤੇ ਵੀ ਸੁੱਟਤੀ, ਪਲਾਸਟਿਕ ਨੂੰ ਆਪਾਂ ਮਤਲਬ ਉਹ ਕਰਦੇ ਨਹੀਂ ਆ ਪ੍ਰੋਪਰਲੀ ਰੀਸਾਈਕਲ, ਜਾਂ ਉਹਨੂੰ ਜਿੱਥੇ ਉਹਨੂੰ ਸੁੱਟਣਾ ਚਾਹੀਦਾ ਉੱਥੇ ਨਹੀਂ ਸੁੱਟਦੇ। ਸੋ ਮੈਨੂੰ ਲੱਗਦਾ ਇਹੋ ਜਿਹੀਆਂ ਛੋਟੀਆਂ ਛੋਟੀਆਂ ਆਦਤਾਂ ਜੇ ਆਪਾਂ ਸਾਰੇ ਇਨਸਾਨ ਆਪਣੇ 'ਚ ਲਿਆਵਾਂਗੇ, ਅਤੇ ਇੱਕ ਸੋਹਣੀ ਧਰਤੀ, ਨਵੀਂ ਧਰਤੀ ਆਪਾਂ ਸਿਰਜ ਸਕਾਂਗੇ ਪੋਸਟ ਕੋਵਿਡ। ਤੇ ਜਾਂਦੇ ਜਾਂਦੇ ਆਪਣੇ ਫੈਨਸ ਵੀ ਥੋੜਾ ਥੋੜਾ ਕੋਈ ਅੰਦਾਜ਼ ਹੋ ਜਾਏ, ਇੱਕ ਨੈਗੇਟਿਵ ਅੰਦਾਜ਼ ਕਿ ਕਿਸੇ ਵੀ ਫਿਲਮ ਦੀ, ਜਿਹੜੀ ਆਲ ਟਾਈਮ ਫੇਵਰਟ ਮੂਵੀ ਹੈ, ਚਾਹੇ ਸ਼ਰੀਕ ਹੈ, ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ। ਮੇਰੀਆਂ ਤਾਂ ਖੈਰ ਸਾਰੀਆਂ, ਜਿੱਥੇ ਵੀ ਮੈਂ ਕੰਮ ਕੀਤਾ, ਸਾਰੀਆਂ ਫਿਲਮਾਂ ਦੇ ਨਾਲ ਹੀ ਇੱਕ ਮੁਹੱਬਤ ਹੈ, ਪਿਆਰ ਹੈ। ਸੋ ਆਪਣਾ ਸ਼ਰੀਕ ਫਿਲਮ ਦਾ ਡਾਇਲੋਗ ਜਿਹੜਾ ਲੋਕੀ ਬਹੁਤ ਪਸੰਦ ਕਰਦੇ ਆ, ਸ਼ਰੀਕ ਦਾ ਡਾਇਲੋਗ ਹੋ ਜਾਏ, ਫੇਮਸ ਡਾਇਲੋਗ ਜਿਹੜਾ ਥੋੜਾ ਕਾਫੀ ਫੇਮਸ ਸੀਗਾ ਫਿਲਮ ਦਾ, ਉਹ ਸੁਣਾ ਦਿਓ ਸ਼ਰੀਕ ਦਾ। ਓਕੇ ਆਲਰਾਈਟ, ਚਲੋ ਸ਼ਰੀਕ ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ। ਸੋ ਸ਼ਰੀਕ ਦੇ ਵਿੱਚ ਜਿਹੜਾ ਮੇਰਾ ਕਿਰਦਾਰ ਸੀਗਾ ਪਾਲੀ ਦਾ, ਸੋ ਪਾਲੀ ਦੇ ਘਰ ਜਦੋਂ ਜੱਸਾ, ਜਿਹੜਾ ਜਿਮੀ ਸ਼ੇਰਗਿੱਲ ਨੇ ਕਿਰਦਾਰ ਨਿਭਾਇਆ ਸੀਗਾ, ਉਹਦੇ ਘਰ ਜਦੋਂ ਆਉਂਦਾ, ਸੋ ਘਰ ਆ ਕੇ ਜੱਸਾ ਪੁੱਠੀ ਸਿੱਧੀ ਜੀ ਗੱਲ ਕਰਦਾ, ਅਤੇ ਪਾਲੀ ਅੱਗੋਂ ਜੋ ਜਵਾਬ ਦਿੰਦਾ ਉਹ ਪੇਸ਼ ਹੈ NRI ਚੈਨਲ ਦੇ ਦਰਸ਼ਕਾਂ ਲਈ। ਤੂੰ ਮੇਰੇ ਵਿਹੜੇ 'ਚ ਖੜਾ ਜੱਸਿਆ, ਇਸ ਕਰਕੇ ਅਜੇ ਤੱਕ ਜਿੰਦਾ, ਜਾ ਚਲੇ ਜਾ, ਨਹੀਂ ਤਾਂ ਲੋਕ ਕਹਿਣਗੇ ਵਿਹੜੇ ਆਇਆ ਸ਼ਰੀਕ ਵੱਢਦਾ। ਬਣੇ ਰਹੋ TV NRI ਨਾਲ। ਥੈਂਕ ਯੂ ਸੋ ਮਚ ਕੁਲਜਿੰਦਰ। ਥੈਂਕ ਯੂ ਵੈਰੀ ਮਚ ਜੀ ਬੀਨੂ, ਥੈਂਕ ਯੂ।